ਯੂਨਾਈਟਿਡ ਨਿਊਜ਼ ਦੇਖ ਰਹੇ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਆ। ਜਿੱਥੇ ਕੈਨੇਡਾ ਜਾਣ ਦੀ ਤਾਦਾਦ ਪੰਜਾਬੀਆਂ ਦੀ ਕਾਫੀ ਜ਼ਿਆਦਾ ਵੱਡੀ ਹੈ, ਉੱਥੇ ਹੀ ਪੰਜਾਬੀਆਂ ਦੇ ਨਾਲ ਫਰੋਡ ਹੋਣ ਦੇ ਮਾਮਲੇ ਵੀ ਜਿਹੜੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਸੋ ਇਸੇ ਤਰ੍ਹਾਂ ਦਾ ਹੀ ਤਾਜ਼ਾ ਮਾਮਲਾ ਹੁਣ ਦਿੱਲੀ ਏਅਰਪੋਰਟ ਤੋਂ ਨਿਕਲ ਕੇ ਆ ਰਿਹਾ ਹੈ, ਜਿੱਥੇ ਕਿ ਪਿਛਲੇ ਦਿਨੀ ਦਿੱਲੀ ਏਅਰਪੋਰਟ ਦੇ ਉੱਤੇ ਟੂਰਿਸਟ ਵੀਜ਼ਾ ਦੇ ਉੱਤੇ ਕੈਨੇਡਾ ਜਾਣ ਦੇ ਲਈ ਗਏ ਮਾਂ ਪੁੱਤ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਖਾਲੀ ਹੱਥ ਮੁੜਨਾ ਪਿਆ ਹੈ। ਜੀ ਹਾਂ, ਮਾਮਲਾ ਜੁਗਰਾਓਂ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕਿ ਇੱਕ ਪੰਜਾਬੀ ਔਰਤ ਜੋ ਕਿ ਆਪਣੇ ਬੇਟੇ ਦੇ ਨਾਲ ਕੈਨੇਡਾ ਜਾ ਰਹੀ ਸੀ ਕਿਉਂਕਿ ਉਸ ਦੀ ਧੀ ਕੈਨੇਡਾ ਸਟੱਡੀ ਵੀਜ਼ਾ ਦੇ ਉੱਤੇ ਗਈ ਹੋਈ ਸੀ, ਜਿਸ ਦੇ ਵੱਲੋਂ ਕਿ ਉਹਨਾਂ ਨੂੰ ਸਪੌਂਸਰ ਕੀਤਾ ਗਿਆ ਸੀ ਅਤੇ ਉਹਨਾਂ ਦੇ ਕੋਲ ਟੂਰਿਸਟ ਵੀਜ਼ਾ ਕੈਨੇਡਾ ਦਾ ਸੀ, ਜੋ ਕਿ ਕੈਨੇਡਾ ਦਾ ਟੂਰਿਸਟ ਵੀਜ਼ਾ ਵੀ ਮਤਲਬ ਸਹੀ ਸੀਗਾ, ਫੇਕ ਨਹੀਂ ਵੀਜ਼ਾ ਸੀਗਾ। ਕਈ ਲੋਕਾਂ ਦੇ ਫੇਕ ਵੀਜ਼ੇ ਹੋਣ ਦੇ ਕਾਰਨ ਵੀ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਮੁੜਨਾ ਪੈਂਦਾ ਹੈ, ਪਰ ਵੀਜ਼ਾ ਵੀ ਜਿਹੜਾ ਉਹਨਾਂ ਦਾ ਰੀਅਲ ਸੀ ਅਤੇ ਏਜੰਟ ਦੇ ਦੁਆਰਾ ਵੀਜ਼ਾ ਉਹਨਾਂ ਨੂੰ ਲਗਵਾ ਕੇ ਦਿੱਤਾ ਗਿਆ ਸੀ। ਇਸੇ ਦੌਰਾਨ ਹੀ ਉਹ ਜਦੋਂ ਦਿੱਲੀ ਏਅਰਪੋਰਟ ਦੇ ਉੱਤੇ ਕੈਨੇਡਾ ਜਾਣ ਦੇ ਲਈ ਪਹੁੰਚਦੇ ਹਨ ਅਤੇ ਦਿੱਲੀ ਏਅਰਪੋਰਟ ਤੋਂ ਹੀ ਉਹਨਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਹੈ। ਜੀ ਹਾਂ, ਇਸ ਦੇ ਪਿੱਛੇ ਹੁਣ ਮਾਮਲਾ ਇਹ ਨਿਕਲ ਕੇ ਆ ਰਿਹਾ ਹੈ ਕਿ ਉਹਨਾਂ ਨੇ ਜਿਹੜਾ ਦਿੱਲੀ ਦੇ ਰਹਿਣ ਵਾਲੇ ਇੱਕ ਅਨੂਪ ਗੁਪਤਾ ਤੋਂ ਟਿਕਟਾਂ ਖਰੀਦੀਆਂ ਸਨ, ਫਲਾਈਟ ਟਿਕਟਾਂ, ਜਿਨ੍ਹਾਂ ਨੂੰ ਕਿ ਉਹ ਲੈ ਕੇ ਦਿੱਲੀ ਏਅਰਪੋਰਟ ਦੇ ਉੱਤੇ ਪਹੁੰਚਦੇ ਹਨ ਅਤੇ ਦਿੱਲੀ ਏਅਰਪੋਰਟ ਦੇ ਉੱਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਉਹਨਾਂ ਦੀਆਂ ਟਿਕਟਾਂ ਫੇਕ ਨਿਕਲਦੀਆਂ ਹਨ, ਜਿਸ ਤੋਂ ਬਾਅਦ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਦੋਨੋਂ ਮਾਂ ਪੁੱਤ ਨੂੰ ਵਾਪਸ ਦਿੱਲੀ ਤੋਂ ਏਅਰਪੋਰਟ ਤੋਂ ਜਿਹੜਾ ਆ ਉਹ ਖਾਲੀ ਹੱਥ ਵਾਪਸ ਮੁੜਨਾ ਪੈਂਦਾ ਹੈ। ਸੋ ਇਹ ਵੱਡੀ ਖਬਰ ਜਿਹੜੀ ਹੈ ਜੁਗਰਾਓਂ ਤੋਂ ਸਾਹਮਣੇ ਆ ਰਹੀ ਹੈ ਅਤੇ ਮੁਲਜ਼ਮ ਦੀ ਪਛਾਣ ਹੁਣ ਅਨੂਪ ਗੁਪਤਾ ਵਾਸੀ ਉੱਤਰੀ ਪੱਛਮੀ ਦਿੱਲੀ ਬੰਗਾਲੀ ਕੋਠੀ ਦੇ ਨੇੜੇ ਹੋਈ ਹੈ। ਫਿਲਹਾਲ ਮੁਲਜ਼ਮ ਹੁਣ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੇ ਵੱਲੋਂ ਟਿਕਟਾਂ ਖਰੀਦੀਆਂ ਗਈਆਂ ਸਨ ਮਾਂ ਪੁੱਤ ਦੇ ਵੱਲੋਂ, ਉਹਨਾਂ ਦਾ ਵੀ ਉਹ ਫੋਨ ਨਹੀਂ ਉਠਾ ਰਿਹਾ। ਸੋ ਬੇਹੱਦ ਇਹ ਵੱਡੀ ਜਿਹੜੀ ਉਹ ਫਰੋਡ ਹੁਣ ਕੈਨੇਡਾ ਜਾਣ ਵਾਲਿਆਂ ਦੇ ਨਾਲ ਇਹ ਵੀ ਹੋ ਰਿਹਾ ਹੈ ਕਿ ਜਾਅਲੀ ਟਿਕਟਾਂ ਹੀ ਵੇਚੀਆਂ ਜਾ ਰਹੀਆਂ ਹਨ। ਸੋ ਕੈਨੇਡਾ ਜਾਣ ਵਾਲਿਆਂ ਨੂੰ ਕਿਤੇ ਨਾ ਕਿਤੇ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਆਪਣੇ ਜਾਣਕਾਰ ਬੰਦਿਆਂ ਤੋਂ ਹੀ ਟਿਕਟਾਂ ਕੈਨੇਡਾ ਦੀਆਂ ਖਰੀਦਣੀਆਂ ਚਾਹੀਦੀਆਂ ਹਨ।